ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਛੋਣੀ ਬੋਰਡ ਵਿੱਚ ਇੱਕ ਹੋਰ ਨਵੀਂ ਭਰਤੀ ਆਊਟ ਕਰ ਦਿੱਤੀ ਗਈ 2023 10ਵੀਂ 12ਵੀਂ ਠੀਕ ਹੈ ਲਗ ਲਗ ਪੋਸਟਾਂ ਜੋ ਆਊਟ ਕੀਤੀਆਂ ਗਈਆਂ ਤੇ ਨਵੀਂ ਭਰਤੀ 2023 ਦੀ ਬੈਸਟ ਜੋ ਨੌਕਰੀ ਆਊਟ ਕਰ ਦਿੱਤੀ ਗਈ ਹੈ ਅਪਲਾਈ ਕਰਨਾ ਜੀ ਅਪਲਾਈ ਆਨਲਾਈਨ ਸ਼ੁਰੂ ਹੋ ਗਏ ਨੇ ਤੇ ਅਪਲਾਈ ਕਰਨਾ ਜੀ ਆਨਲਾਈਨ ਅਪਲਾਈ ਕਰਨਾ ਹੈ ਇਹ ਮੌਕਾ ਪੁੱਲ ਕੇ ਵੀ ਨਾ ਛੱਡੋ ਠੀਕ ਹੈ ਬਹੁਤ ਵਾਰੇ ਤੁਹਾਡੇ ਕੋਲ ਮੌਕਾ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਅਪਲਾਈ ਕਰ ਸਕਦੇ ਹੋ ਬਾਕੀ ਦੀ ਕਿ ਥੋਟ ਕੀਤੀ ਗਈ ਹੈ ਸਾਰੀ ਜਾਣਕਾਰੀ ਇਸ ਵੀਡੀਓ ਨੂੰ ਕਿਰਪਾ ਕਰਕੇ ਬੈਟਰ ਪੂਰਾ ਜ਼ਰੂਰ ਦੇਖਣਾ ਸਕਿੱਪ ਨਹੀਂ ਕਰਨਾ ਚੈਨਲ ਤੇ ਬੈਲ ਬਟਨ ਚਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਸ਼ੁਰੂ ਕਰਦੇ ਆਂ ਇਸ ਦੀ ਵੀਡੀਓ ਨੂੰ ਤੋ ਸਭ ਤੋਂ ਪਹਿਲਾਂ ਆਪਾਂ ਨੋਟ ਵਿੱਚ ਜੋ ਇੰਪੋਰਟੈਂਟ ਲਿਖਿਆ ਠੀਕ ਹੈ ਉਸ ਨੂੰ ਡਿਸਕਸ ਕਰਦੇ ਹਾਂ ਬਾਅਦ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਵਕਾਂਸੀਆਂ ਕਿੰਨੀਆਂ ਆਊਟ ਕੀਤੀ ਗਈਆਂ ਕਿਹੜੀ ਪੋਸਟ ਆਊਟ ਕੀਤੀ ਗਈ ਕਿਸ ਕੈਟਾਗਰੀ ਵਿੱਚ ਕਿੰਨੀਆਂ ਪੋਸਟਾਂ ਨੇ ਤੇ ਕੁਆਲਿਫਿਕੇਸ਼ਨ ਕੀ ਰੱਖੀ ਗਈ ਹੈ ਕਿੱਥੋਂ ਪੋਸਟ ਆਊਟ ਕੀਤੀ ਗਈ ਹੈ ਤਾਂ ਪਹਿਲਾਂ ਆਪਾਂ ਜੋ ਮੇਨ ਮੇਨ ਇਸਤੀਆਂ ਜੋ ਇੰਟਰੈਕਸ਼ਨ ਵਗੈਰਾ ਉਹ ਵੇਖ ਲੈਣੇ ਆ ਠੀਕ ਹੈ ਜਿਵੇਂ ਐਪਲੀਕੇਸ਼ਨ ਫੀਸ ਰੱਖੀ ਗਈ ਜਰਨਲ ਕੈਟਾਗਰੀ ਵਾਸਤੇ 23 ਡਬਲਯੂ ਐਸ ਓ ਬੀ ਸੀ ਵਾਸਤੇ 500 ਰੁਪਿਆ ਫੀਸ ਰੱਖੀ ਗਈ ਹੈ ਬਾਕੀ ਜੋ ਕੈਟਾਗਰੀ ਹੈਗੀ ਠੀਕ ਹੈ ਰਿਜ਼ਰਵ ਇਸ ਲਿਮਟ ਦੀ ਗੱਲ ਕਰੇ 21 ਤੋਂ ਲੈ ਕੇ 30 ਸਾਲ ਤવાડી ਏਜ ਰੱਖੀ ਗਈ ਹੈ ਬਾਕੀ ਜੋ ਰਿਲੇਕਸ਼ਨ ਦਿੱਤਾ ਹੈ ਐਸਸੀ ਐਸਟੀ ओबीसी ਪੀਐਚ ਐਕਸ ਸਰਵਿਸਮੈਨ ਡਿਪਾਰਟਮੈਂਟ ਕੈਂਡੀਡੇਟ ਠੀਕ ਇਹਨਾਂ ਨੂੰ ਜੋ ਵੀ ਗਵਰਨਰ ਰੂਲਸ ਨੇ ਉਹਨਾਂ ਅਨਾਰਸਰ ਜੋ ਰਿਲੇਕਸ਼ਨ ਦਿੱਤਾ ਜਾਵੇਗਾ ਏਜ ਲਿਮਟ ਐਕਸਪੀਰੀਅੰਸ ਠੀਕ ਇਹ ਮੈਂਸ਼ਨ ਕੀਤਾ ਕਿ ਲਾਸਟ ਡੇਟ ਜੋ ਰਸੀਪਟ ਆਫ ਆਨਲਾਈਨ ਅਪਲੀਕੇਸ਼ਨ ਹੋਣਗੇ ਆਨਲਾਈਨ ਜੋ ਰਸੀਪਟ ਲਾਸਟ ਡੇਟ ਹੋਵੇਗੀ ਉਸ ਤੋਂ ਤੇ ਤੁਹਾਡੀ ਜੋ ਏਜ ਲਿਮਟ ਵਗੈਰਾ ਜੋ ਐਕਸਪੀਰੀਅੰਸ 카ਉਂਟ ਕੀਤਾ ਜਾਵੇਗਾ ਤੇ ਉਸ ਵਾਰ ਅਪਲੀਕੇਸ਼ਨ ਦੀ ਗੱਲ ਕਰੀ ਆਨਲਾਈਨ ਅਪਲਾਈ ਕਰਨ ਨਾਲ ਅਫੀਸ਼ੀਅਲ .kant.gov.in ਇਸ ਤੇ ਵਿਜ਼ਿਟ ਕਰਕੇ ਤੁਸੀਂ ਅਪਲਾਈ ਕਰ ਸਕਦੇ 16 12 2022 ਤੋਂ ਸਟਾਰਟ ਹੋ ਗਏ ਨੇ 13 1 2023 ਇਸ ਦੀ ਲਾਸਟ ਡੇਟ ਹੈ ਤੇ ਲਾਸਟ ਡੇਟ ਦੀ 13 ਜਨਵਰੀ 2023 ਇਸ ਤੋਂ ਪਹਿਲ-ਪਹਿਲ ਤੁਸੀਂ ਅਪਲਾਈ ਕਰ ਲੈਣਾ ਅਪਲਾਈ ਕਰਨਾ ਜਾਂ ਆਨਲਾਈਨ ਅਪਲਾਈ ਕਰਨਾ ਹੈ ਤੇ ਹੁਣ ਆਪ ਗੱਲ ਕਰਦੇ ਹਾਂ ਜਿਹੜੇ ਪੋਸਟਾਂ ਪੋਸਟ ਆਊਟ ਕੀਤੀ ਗਈ ਜੇ ਆਰ ਕਲਰਕ ਜਾਨਕੀ ਜੂਨੀਅਰ ਕਲਰਕ ਦੀ ਆਊਟ ਕੀਤੀ ਗਈ ਹੈ ਲੈਵਲ 2 ਤੇ ਤੁਹਾਡੀ ਸੈਲਰੀ ਰਹੇਗੀ 19900 ਤੋਂ ਲੈ ਕੇ 63200 ਰੁਪਿਆ ਪ੍ਰਤੀ ਮਹੀਨਾ ਤੁਹਾਡੀ ਤਨਖਾਹ ਰਹੇਗੀ ਜਰਨਲ ਦੀਆਂ 11 ਹੋ ਗਈਆਂ ਸੀਰੀਆ 3 ਐਸਟੀ ਦੀ ਇੱਕ ਪੋਸਟ ਓਬੀਸੀ ਦੀਆਂ 5 ایਡਬਲਯੂਐਸਟੀ ਦੀਆਂ 2 ਤੇ ਟੋਟਲ ਆਊਟ ਕੀਤੀਆਂ 22 ਤੇ ਉਸ ਵਾਰ ਆਪਾਂ ਗੱਲ ਕਰੀ ਐਕਸ ਸਰਵਿਸਮੈਨ ਦੀ ਜੋ ਦੋ ਆਊਟ ਕੀਤੇ ਗਿਆ ਪੀਐਚ ਦੀ ਗੱਲ ਕਰੀ ਇੱਕ ਇੱਕ ਜੋ ਪੋਸਟ ਆਊਟ ਕੀਤੀ ਗਿਆ ਇੱਥੇ ਮੈਂਸ਼ਨ ਕੀਤਾ ਗਿਆ ਅਲੱਗ-ਅਲੱਗ ਕੈਟਾਗਰੀ ਵਾਈਜ਼ ਤੁਹਾਡੀਆਂ ਜੋ ਪੋਸਟ ਆਊਟ ਕੀਤੀਆਂ ਗਈਆਂ ਨੇ ਅਲੱਗ-ਅਲੱਗ ਵੇਖ ਸਕਦੇ ਹੋ ਤੇ ਕੁਆਲਿਫੀਕੇਸ਼ਨ ਦੀ ਗੱਲ ਕਰੀ ਕੁਆਲਿਫੀਕੇਸ਼ਨ ਰੱਖੇਗੀ ਪਲੱਸ 2 ਜਨ ਕਿ 12ਵੀਂ ਪਾਸ ਵਾਲੇ ਕੈਂਡੀਡੇਟ ਅਲਿਜੀਬਲ ਨੇ ਅਪਲਾਈ ਕਰ ਸਕਦੇ ਨੇ ਤੇ ਨਾਲ ਤੁਹਾਡੇ ਕੋਲ ਟਾਈਪਿੰਗ ਹੋਣੀ ਚਾਹੀਦੀ ਹੈ 35 ਵਰਡ ਪਰ ਮਿੰਟ ਇੰਗਲਿਸ਼ ਵਿੱਚ ਜਾਂ ਤੁਹਾਡੇ ਕੋਲ 30 ਵਰਡ ਪਰ ਮਿੰਟ ਜੋ ਹਿੰਦੀ ਵਿੱਚ ਸਪੀਡ ਹੋਣੀ ਚਾਹੀਦੀ ਕੰਪਿਊਟਰ ਆਨਲੀ ਠੀਕ ਹੈ ਵੈਸੇ ਪਲੱਸ 2 ਵਾਲੇ एलिਜੀਬਲ ਨੇ ਅਪਲਾਈ ਕਰ ਸਕਦੇ ਬਟ ਤੁਹਾਡੀ ਜੋ ਬਾਅਦ ਵਿੱਚ ਟਾਈਪਿੰਗ ਹੋਵੇਗੀ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਪੋਸਟਾਂ ਤੇ ਪੋਸਟਾਂ ਆਊਟ ਕੀਤੇ ਗਿਆ ਦਿੱਲੀ ਵੱਲੋਂ ਆਊਟ ਕੀਤਾ ਗਿਆ ਦਿੱਲੀ ਕੈਂਟ ਬੋਰਡ ਜਾਨਕੀ ਦਿੱਲੀ ਸ਼ੌਣੀ ਜੋ ਸ਼ੌਣੀ ਬੋਰਡ ਦਿੱਲੀ ਵੱਲੋਂ ਜੋ ਪੋਸਟਾਂ ਆਊਟ ਕੀਤੇ ਗਿਆ ਨੇ ਅਵਕਸੀ ਡਿਟੇਲ ਦਿੱਤਾ ਹੈ ਤੇ ਆਫੀਸ਼ਲ ਜੋ ਵੈਬਸਾਈਟ ਇਹਨਾਂ ਦੀ ਵਿਜ਼ਿਟ ਕਰਕੇ ਚੈੱਕ ਕਰ ਸਕਦੇ ਹੋ www.delhi.cant.gov.in ਇਸ ਤੇ ਵਿਜ਼ਿਟ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਤੁਹਾਡੇ ਕੋਲ ਮੌਕਾ ਜੋ ਵੀ एलिਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਅਪਲਾਈ ਕਰ ਸਕਦੇ ਹੋ ਨਾ ਚਾਹੁੰਦਾ ਜੇਕਰ ਤੁਹਾਡਾ ਮਨ 'ਚ ਕੋਈ ਵੀ ਡਾਊਟ ਕੋਈ ਸਵਾਲ ਤਾਂ ਆਪਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ